ਸਾਹਿਬ ਨਾਲ ਕੰਮ ਕੀਤਾ ਹੈ, ਮੈਂ ਰੰਗੀਲਾ ਸਾਹਿਬ ਨਾਲ ਆਪਣੇ ਉਸਤਾਦ ਜੀ ਨਾਲ ਕੰਮ ਕੀਤਾ, ਰਾਈ ਸਾਹਿਬ ਨਾਲ ਕੀਤਾ, ਲਾਲਾ ਸੰਦੀਪ ਸਾਹਿਬ ਨਾਲ ਕੀਤਾ, ਵੈਦ ਮੁਰਾਦ ਸਾਹਿਬ ਨਾਲ ਕੀਤਾ। ਜਿੰਨੇ ਮੇਰੇ ਪੁਰਾਣੇ ਆਰਟਿਸਟ ਮੇਰੇ ਸੀਨੀਅਰ ਨੇ, ਭਾ ਇਸਮੈਲ ਸਾਹਿਬ, ਭਾ ਅਜਮਲ ਸਾਹਿਬ, ਮੈਂ ਜਨਾਬ ਉਹਨਾਂ ਨਾਲ ਕੰਮ ਕੀਤਾ। ਮੈਨੂੰ ਅੱਲਾ ਦੀ ਰਹਿਮਤ ਦਾ ਪਹਿਲਾ ਠੁੱਡਾ ਹੀ ਮੁਨਵਰ ਸਾਹਿਬ ਨੇ ਮਾਰਿਆ ਸੀ। ਤਾਂ ਤੋਂ ਲੈ ਕੇ ਬਾਹਰ ਦੀ ਦੁਨੀਆ ਤੱਕ ਇੱਥੋਂ ਦੇ ਜਿੰਨੇ ਮਿਨਿਸਟਰ ਸਨ ਸਭ ਨੇ ਦੇਖਿਆ, ਮਤਲਬ ਕਿ ਮੀਆਂ ਨਵਾਜ਼ ਸ਼ਰੀਫ ਨੇ ਵੀ ਦੇਖਿਆ, ਇਮਰਾਨ ਖਾਨ ਸਾਹਿਬ ਨੇ ਵੀ ਦੇਖਿਆ, ਔਰ ਜਿੰਨੇ ਮਸਲੇ ਚੰਗੇ ਲੋਕ ਸਨ, ਜਿੰਨੇ ਸਾਡੇ ਵਜ਼ੀਰ ਨੇ। ਹੁਣ ਮੈਂ ਜਦੋਂ ਵੀ ਜਾਂਦਾ ਤਾਂ ਹੁਣ ਮੈਂ ਗਿਆ ਸਾਂ ਜੀ ਪਰਸੋਂ ਸਿਆਲਕੋਟ ਉਹਨਾਂ ਨੂੰ ਮਿਲਣ ਲਈ, ਆਪਣਾ ਡਾਰ ਸਾਹਿਬ ਨੂੰ, ਅਤੇ ਉੱਥੇ ਕਿੰਨੇ ਬੰਦੇ ਇਕੱਠੇ ਹੋ ਗਏ। ਉਹਨਾਂ ਕਹਿ ਜੀ ਉਹ ਤੁਹਾਨੂੰ ਬੁੱਢੀ ਨੇ ਕਿਹਾ, ਉਹ ਬੜਾ ਅੱਛਾ ਬੱਚਾ ਹੈ ਔਰ ਬੜਾ ਮਾਸੂਮ ਆਦਮੀ ਹੈ। ਮੈਂ ਨਹੀਂ ਕਹਿੰਦਾ ਕਿ ਉਹਦੇ ਨਾਲ ਕੋਈ ਇਹੋ ਜਿਹੀ ਹੋਈ ਹੈ, ਕੋਈ ਐਸੀ ਗੱਲ ਹੋਈ ਹੋ ਨਹੀਂ ਹੈ, ਕੋਈ ਮੂੰਹ ਕੋਲ ਨਿਕਲੇ। ਅੱਲਾ ਪਾਕ ਉਹਦੀ ਉਹ ਗਲਤੀ ਕਤਾਈ ਮਾਫ਼ ਕਰੇ, ਅਤੇ ਅੱਲਾ ਪਾਕ ਜਿਨ੍ਹਾਂ ਦੇ ਨਾਲ ਉਹਨੇ ਕੀਤੀ ਹੈ ਜਿਹਨਾਂ ਹੋਈ, ਅੱਲਾ ਉਹਨਾਂ ਨੂੰ ਵੀ ਆਪਣੀ ਰਹਿਮਤ ਦੇ ਸਾਏ ਥੱਲੇ ਉਹਨਾਂ ਨੂੰ ਮਾਫ਼ ਕਰ ਦੇ। ਇਹੋ ਜਿਹੇ ਬੰਦੇ ਨੂੰ ਮਾਫ਼ ਕਰਦੇ, ਉਹ ਫਨਕਾਰ ਆਦਮੀ, ਮਾਸੂਮ ਆਦਮੀ। ਮੇਰੀ ਤਾਂ ਇਹੀ ਦੁਆ ਹੈ ਕਿ ਅੱਲਾ ਤਾਲਾ ਉਹਨੂੰ ਆਪਣੀ ਪਨਾਹ 'ਚ ਰੱਖੇ, ਉਹਨੂੰ ਜਿਹਦੇ ਨਾਲ ਕੋਈ ਵੀ ਉਹਨਾਂ ਨੇ ਕੀਤਾ, ਜੇ ਉਹਨਾਂ ਦਾ ਦਿਲ ਦੁਖਿਆ ਤਾਂ ਅਸੀਂ ਉਹਦੀ ਜਗ੍ਹਾ 'ਤੇ ਮਾਫ਼ੀ ਮੰਗਦੇ ਹਾਂ। ਜੇ ਤੁਹਾਨੂੰ ਸਾਡਾ ਚੈਨਲ ਅਤੇ ਸਾਡੀ ਵੀਡੀਓ ਪਸੰਦ ਆਈਏ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਬਰ ਵਕਤ ਮਿਲਦੀਆਂ ਰਹਿਣ। ਬਿਸਮਿਲ੍ਲਾ ਰਹਿਮਾਨ ਰਹੀਮ, ਨਾਜ਼ਰੀਨ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ, ਔਰ ਤੁਸੀਂ ਵੇਖ ਰਹੇ ਹੋ ਆਪਣਾ ABHDTV। ਨਾਜ਼ਰੀਨ, ਸਭ ਤੋਂ ਪਹਿਲੇ ਜਿੰਨੇ ਦੋਸਤ ਸਾਡਾ ਚੈਨਲ ਵੇਖਦੇ ਨੇ, ਅਸੀਂ ਉਹਨਾਂ ਨੂੰ ਸਤਿ ਬਿਸਮਿਲ੍ਲਾ ਜੀ ਐਂ ਨੂੰ ਕਹਿੰਦੇ ਹਾਂ, ਔਰ ਅਸੀਂ ਰੋਜ਼ਾਨਾ ਤੁਹਾਡੇ ਵਾਸਤੇ ਕੋਈ ਨਾ ਕੋਈ ਬੜਾ ਹੀ ਖੂਬਸੂਰਤ ਔਰ ਨਵਾਂ ਔਰ ਬੜਾ ਬੀਬਾ ਜਿਹਾ ਮਹਿਮਾਨ ਜਿਹੜਾ ਅਸੀਂ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਅੱਜ ਸਾਡੇ ਚੈਨਲ ਦੇ ਬਹੁਤ ਹੀ ਪਿਆਰੇ ਮਹਿਮਾਨ ਨੇ, ਮੇਰੇ ਵੱਡੇ ਭਾਈ ਨੇ, ਸਾਡੇ ਸੀਨੀਅਰ ਆਰਟਿਸਟ ਨੇ, ਪਾਕਿਸਤਾਨ ਦਾ ਮਾਣ ਨੇ, ਪਾਕਿਸਤਾਨ ਦੀ ਸ਼ਾਨ ਨੇ, ਸ਼ੌਕਤ ਰੰਗੀਲਾ ਸਭ ਸਾਡੇ ਨਾਲ ਮੌਜੂਦ ਨੇ। ਔਰ ਮੈਂ ਦੋਸਤਾਂ ਨੂੰ ਇਹ ਦੱਸਦਾ ਚੱਲਾਂ ਕਿ ਸਾਡਾ ਇੱਕ ਸਿਲਸਿਲਾ ਕਾਰੇ ਖੈਰ ਦਾ ਵੀ ਹੈ, ਸਾਡੇ ਦੂਸਰੇ ਚੈਨਲ 'ਤੇ ਜਾ ਕੇ ਤੁਸੀਂ ਉਹ ਵੀ ਦੇਖੋ ਕਿ ਬਹੁਤ ਸਾਰੇ ਐਸੇ ਲੋਕ ਜਿਹੜੇ ਸਾਡੀ ਹੈਲਪ ਦੇ, ਸਾਡੀ ਮਦਦ ਜਿਹੜੀ ਹੈ ਉਹਦੇ ਮੁਸਤਹਿਕ ਨੇ, ਉਹਦੇ ਮੁੰਤਜ਼ਰ ਨੇ। ਸੋ ਇਹ ਵੇ ਕਿ ਅਸੀਂ ਅੱਲਾ ਤਾਲਾ ਨੇ ਅਗਰ ਸਾਨੂੰ ਗੁੰਜਾਇਸ਼ ਦਿੱਤੀ ਹੈ ਅਤੇ ਅੱਲਾ ਦੀ ਰਜ਼ਾ ਵਾਸਤੇ ਅਸੀਂ ਉਹਨਾਂ ਲੋਕਾਂ ਦੀ ਹੈਲਪ ਕਰੀਏ। ਸੋ ਅਸੀਂ ਚੱਲਦੇ ਹਾਂ ਸ਼ੌਕਤ ਰੰਗੀਲਾ ਸਾਹਿਬ ਦੀ ਤਰਫ 'ਤੇ, ਉਹਨਾਂ ਨਾਲ ਗੱਲ ਕਰਨੇ ਹਾਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜਨਾਬ ਬਾਬਰ ਸਾਹਿਬ, ਕੀ ਹਾਲ ਨੇ ਭਾਅ ਜੀ? ਸ਼ੁਕਰ ਹੈ ਅੱਲਾ ਪਾਕ ਦਾ, ਬੜੀ ਰਹਿਮਤ ਉਸ ਸੋਹਣੇ ਰੱਬ ਦੀ। ਅੱਛਾ ਭਾਅ ਜੀ, ਮੈਂ ਬੜੀ ਦੇਰ ਤੋਂ ਮਤਲਬ ਤੁਹਾਡੇ ਨਾਲ ਵਾਹ ਵਰਤਣ ਵੀ ਹੈ, ਤੁਹਾਨੂੰ ਮਿਲੀ ਗਿਲੀ ਦਾ ਵੀ ਹੈ, ਲੇਕਿਨ ਅਗਲੇ ਦਿਨ ਤੁਹਾਡੇ ਨਾਲ ਮੈਂ ਗਿਆ ਜਿਸ ਦਿਨ, ਅਤੇ ਤੁਸੀਂ ਉਹ ਦੁਨੀਆ ਮਤਲਬ ਦੀ ਫਿਲਮ ਜਿਹੜੀ ਹੈ ਉਹਦੇ ਵਿੱਚ ਮੈਨੂੰ ਜਦੋਂ ਤੁਸੀਂ ਆਪਣਾ ਚਿਹਰਾ ਦਿਖਾਇਆ ਤਾਂ ਮੈਨੂੰ ਅੰਦਾਜ਼ਾ ਹੋਇਆ ਕਿ ਤੁਸੀਂ ਤਾਂ ਮਾਸ਼ਾਅੱਲਾ ਮੁਨੱਵਰ ਰੀਫ ਸਾਹਿਬ ਜੈਸੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਬੜਾ ਕੰਮ ਕੀਤਾ। ਜੀ ਬਾਬਰ ਸਾਹਿਬ, ਮੈਂ ਮੁਨੱਵਰ ਸਾਹਿਬ ਨਾਲ ਕੰਮ ਕੀਤਾ, ਮੈਂ ਰੰਗੀਲਾ ਸਾਹਿਬ ਨਾਲ ਆਪਣੇ ਉਸਤਾਦ ਜੀ ਨਾਲ ਕੰਮ ਕੀਤਾ, ਰਾਈ ਸਾਹਿਬ ਨਾਲ ਕੀਤਾ, ਲਾਲਾ ਸੰਦੀਪ ਸਾਹਿਬ ਨਾਲ ਕੀਤਾ, ਵੈਦ ਮੁਰਾਦ ਸਾਹਿਬ ਨਾਲ ਕੀਤਾ। ਜਿੰਨੇ ਮੇਰੇ ਪੁਰਾਣੇ ਆਰਟਿਸਟ ਮੇਰੇ ਸੀਨੀਅਰ ਨੇ, ਭਾ ਇਸਮੈਲ ਸਾਹਿਬ, ਭਾ ਅਜਮਲ ਸਾਹਿਬ, ਮੈਂ ਜਨਾਬ ਉਹਨਾਂ ਨਾਲ ਕੰਮ ਕੀਤਾ। ਮੈਨੂੰ ਅੱਲਾ ਦੀ ਰਹਿਮਤ ਦਾ ਪਹਿਲਾ ਠੁੱਡਾ ਹੀ ਮੁਨਵਰ ਸਾਹਿਬ ਨੇ ਮਾਰਿਆ ਸੀ, ਅਤੇ ਅੱਲਾ ਨੇ ਮੈਨੂੰ ਹਿੱਟ ਕੀਤਾ ਉਹਨਾਂ ਦੇ ਠੁੱਡੇ ਤੋਂ। ਫਿਲਮ ਸੀ ਮੁਨਵਰ ਜ਼ਰੀਫ ਸਾਹਿਬ ਉਸ ਦਾ ਟਾਈਟਲ ਕਰ ਰਹੇ ਸਨ, ਬਨਾਰਸੀ ਠੱਗ, ਅਤੇ ਉਹਦੇ 'ਚ ਗਾਣਾ ਸੀ ਨਸ਼ਿਆਂ ਨੇ ਸਾੜਿਆ ਹੁਲੀਆ ਵਿਗਾੜਿਆ। ਉਹਦੇ 'ਚ ਮੈਨੂੰ ਉਹਨਾਂ ਨੇ ਇਕਬਾਲ ਕਸ਼ਮੀਰੀ ਸਾਹਿਬ ਡਾਇਰੈਕਟਰ ਸਨ, ਉਹਨਾਂ ਨੇ ਮੈਨੂੰ ਲਿੱਟਾਂ ਲੁੱਟਾਂ ਲਾ ਕੇ ਮੈਨੂੰ ਬੁੱਢਾ ਜਿਹਾ ਬਣਾ ਕੇ ਨਸ਼ਈ ਬਣਾ ਦਿੱਤਾ, ਅਤੇ ਮੁਨਵਰ ਸਾਹਿਬ ਨੂੰ ਕਹਿੰਦੇ ਨੇ ਜੀ ਇਹਨਾਂ ਨਾਲ ਤੁਹਾਡਾ ਸੀਨ ਹੈ, ਅਤੇ ਮੁਨਵਰ ਸਾਹਿਬ ਨੇ ਠੁੱਡਾ ਮਾਰਿਆ ਅਤੇ ਮੇਰੇ ਤੋਂ ਸੀਨ ਸ਼ੁਰੂ ਹੋਇਆ ਸੀ, ਨਸ਼ਿਆਂ ਨੇ ਸਾੜਿਆ ਹੁਲੀਆ ਵਿਗਾੜਿਆ, ਆਪਣੀ ਤਬਾਹੀ ਆਪਣੀ ਕਰਨਾ ਹੈ ਪਿਆਰਿਆ। ਉਹ ਠੁੱਡਾ ਅੱਲਾ ਪਾਕ ਦੀ ਰਹਿਮਤ ਨਾਲ ਵੱਜਾ ਜੇ, ਅਤੇ ਅੱਲਾ ਪਾਕ ਨੇ ਉਹ ਠੁੱਡੇ ਤੋਂ ਮੈਨੂੰ ਹਿੱਟ ਕੀਤਾ ਜੀ। ਅਤੇ ਭਾਅ ਜੀ, ਫਿਰ ਸਟੇਜ ਡਰਾਮੇ 'ਚ ਤੁਹਾਡਾ ਕਿਸ ਤਰ੍ਹਾਂ ਆਉਣ ਹੋਇਆ, ਤੁਹਾਨੂੰ ਕੋਈ ਲੈ ਕੇ ਆਇਆ ਜਾਂ ਤੁਹਾਨੂੰ ਲੱਗਾ ਕਿ ਮੈਂ ਫਿਲਮ ਤੋਂ ਇਲਾਵਾ ਸਟੇਜ ਦਾ ਵੀ ਐਕਟਰ ਹਾਂ ਅਤੇ ਮੈਨੂੰ ਸਟੇਜ ਡਰਾਮੇ ਵਾਲੀ ਸਾਈਡ 'ਤੇ ਜਾਣਾ ਚਾਹੀਦਾ? ਉਹ ਜੀ, ਮੇਰਾ ਸਟੇਜ ਦਾ ਇੱਥੇ, ਮੈਂ ਫਿਲਮ ਤੋਂ ਜਿਸਲੇ ਛੁੱਟੀ ਹੁੰਦੀ ਸੀ ਨਾ, ਅਤੇ ਮੈਂ ਇੱਥੇ ਆਉਂਦਾ ਹੁੰਦਾ ਰੱਖ ਸੀ, ਅਤੇ ਨਵਾਂ ਨਵਾਂ ਥੀਏਟਰ ਚੱਲਿਆ ਸੀ, ਅਤੇ ਬਾਬਾ ਸ਼ਾਹਜਾਦ ਸਾਹਿਬ ਡਾਇਰੈਕਟਰ ਸਨ ਉਹਨਾਂ ਦੇ, ਅਤੇ ਉਹ ਮੈਂ ਹਾਲ 'ਚ ਬਹਿ ਕੇ ਬਹਿੰਦਾ ਹਾਂ, ਮੈਂ ਖੋਏ ਤਾਂ ਬੜੀਆਂ ਸਾਨ ਜੁਗਤਾਂ ਨੇ ਉਹ, ਮੈਂ ਬਾਬਾ ਜੀ ਜਿਹੜੇ ਸਨ ਨਾ ਉਹਨਾਂ ਦਾ ਮੈਂ ਸ਼ਾਗਿਰਦ ਪਿਆ ਸਟੇਜ ਦਾ, ਫਿਲਮ ਦਾ ਮੈਂ ਰੰਗੀਲਾ ਸਾਹਿਬ ਦਾ ਸਾਂ, ਸਟੇਜ ਦਾ ਮੈਂ ਫਿਰ ਬਾਬੂ ਜੀ ਪਿਆ ਉਹਨਾਂ ਦਾ ਬਾਬੇ ਸ਼ਾਹਜਾਦ ਸਾਹਿਬ ਦਾ। ਉਹਨਾਂ ਨੇ ਫਿਰ ਮੈਨੂੰ ਇੱਕ ਡਰਾਮਾ ਕਰਾਇਆ ਆਖਰੀ ਛੱਕਾ, ਉਹਦੇ 'ਚ ਮੈਂ ਭੰਡ ਬਣਿਆ ਸਾਂ, ਉਹਦੇ 'ਚ ਅੱਲਾ ਪਾਕ ਨੇ ਇੱਜ਼ਤ ਦਿੱਤੀ। ਫਿਰ ਉਸ ਤੋਂ ਬਾਅਦ ਇੱਕ ਮੈਨੂੰ ਫਿਰ ਡਰਾਮਾ ਉਹਨਾਂ ਨੇ ਕੀਤਾ, ਉਹਦੇ 'ਚ ਮੈਂ ਡਾਕਟਰ ਬਣਿਆ, ਉਹਦੇ 'ਚ ਵੀ ਅੱਲਾ ਨੇ, ਇਸ ਤਰ੍ਹਾਂ ਫਿਰ ਅੱਲਾ ਦੀ ਰਹਿਮਤ ਨਾਲ ਸਿਲਸਿਲਾ ਚੱਲ ਗਿਆ। ਅਤੇ ਭਾਅ ਜੀ, ਤੁਸੀਂ ਉਸ ਦੌਰ 'ਚ ਵੀ ਡਰਾਮੇ ਕੀਤੇ, ਅੱਜ ਵੀ ਤੁਸੀਂ ਡਰਾਮੇ ਕਰ ਰਹੇ ਹੋ, ਅਤੇ ਕੀ ਫਰਕ ਮਹਿਸੂਸ ਕਰਦੇ ਹੋ ਉਸ ਡਰਾਮੇ ਦਾ ਇਸ ਡਰਾਮੇ ਦਾ? ਬਾਬਰ ਸਾਹਿਬ, ਉਹ ਡਰਾਮਾ ਹੁੰਦਾ ਸੀ, ਇਹ ਡਰਾਮਾ,
ਉਹ ਡਰਾਮਾ ਇਹ ਹੁੰਦਾ ਸੀ ਕਿ ਤਿੰਨ ਤਿੰਨ ਮਹੀਨੇ ਦੋ ਦੋ ਮਹੀਨੇ ਮਹੀਨਾ ਮਹੀਨਾ ਰਹਿਸਲ ਇਹ ਹੁੰਦਾ ਸੀ ਕਿ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਬਈ ਤੁਸੀਂ 11 ਵਜੇ ਆਉਣਾ ਅਤੇ ਇੱਥੇ ਆਰਟਿਸਟ 10:30 ਵਜੇ ਆਏ ਹੁੰਦੇ ਸਨ। ਹੁਣ ਆਰਟਿਸਟ ਨੂੰ ਕਹੀਏ ਨਾ ਜੀ ਤੁਸੀਂ ਆਉਣਾ ਰਹਿਸਲ 'ਤੇ, ਅਤੇ ਉਹ ਆਉਂਦਾ ਜੀ ਕਰ ਲਵਾਂਗੇ ਜੁੰਮੇ ਵਾਲੇ ਦਿਨ ਹੀ। ਜੁੰਮੇ ਵਾਲੇ ਦਿਨ ਆਉਂਦੇ ਨੇ, ਤੂੰ ਇਹ ਕਹ ਤੈਨੂੰ ਯਾਦ ਹੈ ਮੈਂ ਭਾਅ ਜੀ ਫਲਾਣੀ ਜਗ੍ਹਾ 'ਤੇ ਆਹ ਕੰਮ ਕੀਤਾ ਜੀ, ਮੈਂ ਫਲਾਣੀ ਜਗ੍ਹਾ 'ਤੇ ਆਹ ਬਦਮਾਸ਼ ਦਾ ਰੋਲ ਫਲਾ, ਉਹ ਤੂੰ ਇਹ ਪਾ ਲਓ। ਡਾਇਰੈਕਟਰ ਦੀ ਮਜਬੂਰੀ ਹੁੰਦੀ, ਉਹ ਕੀ ਕਰੇ, ਅਤੇ ਉਹ ਫਿਰ ਡਰਾਮਾ ਵੀ ਤਾਂ ਉਹ ਜਿੱਦਾਂ ਚੱਲਦਾ। ਅਤੇ ਉੱਥੇ ਤਾਂ ਜਿਹੜਾ ਕੋਈ ਇੱਕ ਫਿਕਰੇ ਨੂੰ ਵੀ ਸੱਜੇ ਖੱਬੇ ਕਰਦੇ ਤਾਂ ਉਹਨੂੰ ਵੀ ਉਹ ਸ਼ਤੂਤ ਦੀਆਂ ਸੋਟੀਆਂ ਨਾਲ ਮਾਰ ਪੈਂਦੀ ਸੀ। ਉਹ ਇੰਜ ਨਹੀਂ, ਇੰਝ ਕਰ ਇਹਦੀ ਮੂਵ ਇੰਝ, ਇਹਦੀ ਡਿਲੀਵਰੀ ਇੰਝ, ਇਹਦੀ ਟਾਈਮਿੰਗ ਇੰਝ। ਉਹਨਾਂ ਕੋਈ ਖਲੋਣ ਦਾ ਪਤਾ ਨਾ, ਟਾਈਮਿੰਗ ਦਾ ਪਤਾ, ਕਰੀ ਆਉਂਦੇ ਨੇ ਪਰ ਰੋਟੀ ਲਗਾਉਂਦੇ ਤਰਾਣਾ ਚੱਲਦਾ ਨਾ ਅਤੇ ਸਾਡਾ ਰਿਦਕ ਲੱਗ ਜਾਂਦਾ। ਅਤੇ ਉਦੋਂ ਸਿਰਫ ਦੋ ਦੋ ਮਹੀਨੇ ਰਹਿਸਲ ਹੀ ਹੁੰਦੀ ਹੁੰਦੀ ਸੀ। ਅੱਛਾ ਭਾਅ ਜੀ, ਅੱਜ ਵਕਤ ਬੜਾ ਤਬਦੀਲ ਹੋ ਗਿਆ, ਅੱਜ ਹਰ ਬੰਦਾ ਪ੍ਰੈਂਕ ਕਰ ਰਿਹਾ, ਜਿਹਨੂੰ ਪ੍ਰੈਂਕ ਮਜ਼ਾਈਆ ਵੀਡੀਓ ਕਹਿੰਦੇ ਨੇ ਉਹ ਹਰ ਬੰਦਾ ਬਣਾ ਰਿਹਾ। ਲੇਕਿਨ ਅੱਜ ਤੋਂ ਚੰਦ ਸਾਲ ਪਹਿਲੇ ਤੁਸੀਂ ਇੱਕ ਪ੍ਰੈਂਕ ਬਣਾਇਆ, ਇੱਕ ਵੀਡੀਓ ਬਣਾਈ ਜਿਹਨੂੰ ਇੰਡੀਆ 'ਚ ਵੀ ਬਹੁਤ ਜ਼ਿਆਦਾ ਦੇਖਿਆ ਗਿਆ, ਅਤੇ ਅੱਜ ਦੇ ਪ੍ਰੈਂਕ ਅਤੇ ਉਸ ਪ੍ਰੈਂਕ ਦੇ ਹਵਾਲੇ ਨਾਲ ਕੀ ਕਹੋਗੇ? ਉਹ ਤਾਂ ਪ੍ਰੈਂਕ ਮਜ਼ੇਦਾਰ ਸੀ ਜੀ, ਉਹ ਵੇਖੋ ਪੂਰੀ ਦੁਨੀਆ ਨੇ ਵੇਖਿਆ, ਪੂਰੀ ਦੁਨੀਆ ਨੇ, ਪਾਕਿਸਤਾਨ ਤੋਂ ਲੈ ਕੇ ਸਾਡੇ ਪਾਕਿਸਤਾਨ ਤੋਂ ਲੈ ਕੇ ਬਾਹਰ ਦੀ ਦੁਨੀਆ ਤੱਕ, ਇੱਥੋਂ ਦੇ ਜਿੰਨੇ ਮਿਨਿਸਟਰ ਸਨ ਸਭ ਨੇ ਦੇਖਿਆ, ਮਤਲਬ ਕਿ ਮੀਆਂ ਨਵਾਜ਼ ਸ਼ਰੀਫ ਨੇ ਵੀ ਦੇਖਿਆ, ਇਮਰਾਨ ਖਾਨ ਸਾਹਿਬ ਨੇ ਵੀ ਦੇਖਿਆ, ਔਰ ਜਿੰਨੇ ਮਸਲੇ ਚੰਗੇ ਲੋਕ ਸਨ, ਜਿੰਨੇ ਸਾਡੇ ਵਜ਼ੀਰ ਨੇ। ਹੁਣ ਮੈਂ ਜਦੋਂ ਵੀ ਜਾਂਦਾ ਤਾਂ ਹੁਣ ਮੈਂ ਗਿਆ ਸਾਂ ਜੀ ਪਰਸੋਂ ਸਿਆਲਕੋਟ ਉਹਨਾਂ ਨੂੰ ਮਿਲਣ ਲਈ, ਆਪਣਾ ਡਾਰ ਸਾਹਿਬ ਨੂੰ, ਅਤੇ ਉੱਥੇ ਕਿੰਨੇ ਬੰਦੇ ਇਕੱਠੇ ਹੋ ਗਏ। ਉਹਨਾਂ ਕਿਹਾ ਜੀ ਉਹ ਤੁਹਾਨੂੰ ਬੁੱਢੀ ਨੇ ਕਿਉਂ ਮਾਰਿਆ ਸੀ? ਉਹ ਬਸ ਮੈਂ ਕਿਹਾ ਜੀ ਹੋ ਜਾਂਦਾ ਘਰਾਂ ਦੇ ਵਿੱਚ। ਗੱਲ ਇਹ ਵੇ ਕਿ ਉਹ ਅੱਜ ਵੀ ਹੁਣ ਵੀ ਮੈਂ ਏਅਰਪੋਰਟ 'ਤੇ ਗਿਆ, ਸਾਰਾ ਰੱਫੜ ਪਿਆ, ਅਤੇ ਉੱਥੇ ਆਪਣਾ ਲੰਦਨ ਸੀਗਾ ਸ਼ਾਹ ਮਿਰਜ਼ਾ ਸਾਹਿਬ, ਸਾਨੂੰ ਲੈ ਕੇ ਗਏ, ਅਤੇ ਉੱਥੇ ਉਹਨਾਂ ਨੇ ਕਿਹਾ ਜੀ ਉਹ ਕੋਈ ਗੱਲ, ਉਹਨੇ ਪਾਸਵਰਡ, ਉਹਨਾਂ ਕਿਹਾ ਇਹਨਾਂ ਦੇ ਪਛਾਣ ਤੋਂ ਸਿੱਖ ਬੈਠੇ ਤਾਂ ਗੋਰੀ ਕਹਿੰਦੀ, ਅਤੇ ਮੈਂ ਕਿਹਾ ਜੀ ਨੋ ਇੰਗਲਿਸ਼ ਮੈਨੂੰ ਨਹੀਂ ਆਉਂਦੀ। ਉਹ ਸਿੱਖ ਨੂੰ ਮੈਂ ਦੱਸਿਆ, ਮੈਂ ਕਿਹਾ ਜੀ ਸ਼ੌਕਤ ਰੰਗੀਲਾ ਟੱਕ ਇੰਝ ਕਰਕੇ ਵਾਹ, ਓ ਹੋ ਤੁਸੀਂ ਉਹ ਜਿਹਨਾਂ ਬੁੱਢੀ ਨੇ ਬਹੁਤ ਮਾਰਿਆ ਸੀ? ਅਤੇ ਇਹਦੀ ਪਛਾਣ ਅੱਲਾ ਬਣਾਉਂਦਾ, ਅੱਲਾ ਤੋਂ ਬਗੈਰ ਕੁਛ ਨਹੀਂ। ਮੈਨੂੰ ਸਭ ਕੁਝ ਬਾਬਰ ਸਾਹਿਬ ਨਮਾਜ਼ ਦੇ, ਅੱਲਾ ਨੇ ਮੈਨੂੰ ਨਮਾਜ਼ ਦਿੱਤਾ, ਨਮਾਜ਼ ਦੀਆਂ ਬਰਕਤਾਂ ਲੈਣੀ ਮੈਂ ਸਭ ਕੁਝ, ਮੇਰੀ ਹਸੀਅਤ, ਮੇਰੀ ਔਕਾਤ, ਮੈਂ ਕੁਛ ਵੀ ਨਹੀਂ, ਮੈਂ ਅੱਲਾ ਤੋਂ ਬਗੈਰ ਹੈ ਹੀ ਕੁਛ ਨਹੀਂ। ਮੈਂ ਅੱਲਾ ਦਾ ਮੰਗਤਾ ਵਾਂ, ਮੈਨੂੰ ਅੱਲਾ ਖੈਰ ਪਾਈ ਜਾਂਦਾ, ਅਤੇ ਹਰ ਬੰਦੇ ਨੂੰ ਅੱਲਾ ਦੀ ਮੰਗਤਾ ਹੋਣਾ ਚਾਹੀਦਾ, ਬੰਦੇ ਦਾ ਮੰਗਤਾ। ਭਾਅ ਜੀ ਤੁਸੀਂ ਇਸ ਜ਼ਮਾਨੇ 'ਚ ਇਸ ਦੌਰ 'ਚ ਆ ਕੇ, ਮੇਰਾ ਖਿਆਲ ਹੈ ਜਦੋਂ ਤੁਸੀਂ ਪ੍ਰੈਂਕ ਕੀਤਾ ਉਦੋਂ ਪ੍ਰੈਂਕ ਹੁੰਦਾ ਹੀ ਨਹੀਂ ਸੀ? ਨਹੀਂ ਜੀ, ਕੋਈ ਨਹੀਂ ਸੀ। ਅੱਜ ਜਿਹੜਾ ਪ੍ਰੈਂਕ, ਮਤਲਬ ਤੁਸੀਂ ਪ੍ਰੈਂਕ ਖਾਨ ਅਲੀ ਨਾਲ ਵੀ ਇੱਕ ਜਿਹੜਾ ਪ੍ਰੈਂਕ ਸਟਾਰ ਹੈ ਉਹਦੇ ਨਾਲ ਵੀ ਤੁਸੀਂ ਦੋ ਪ੍ਰੈਂਕ ਕੀਤੇ, ਅਤੇ ਅੱਜ ਉਹ ਗ੍ਰਿਫਤਾਰ ਹੈ ਮਤਲਬ ਥਾਣੇ 'ਚ, ਅਤੇ ਕੀ ਉਹਦੇ ਹਵਾਲੇ ਨਾਲ ਕੀ ਕਹੋਗੇ ਕਿ ਤੁਸੀਂ ਉਹਦੇ ਨਾਲ ਪ੍ਰੈਂਕ ਕਰਕੇ ਉਹ ਤੁਹਾਨੂੰ ਪ੍ਰੈਂਕ ਕੈਸੇ ਲੱਗੇ ਨੇ, ਅਤੇ ਜਾਂ ਜਿਹੜਾ ਅੱਜ ਖਾਨ ਅਲੀ ਨਾਲ ਜਿਹੜਾ ਪ੍ਰੋਬਲਮ ਬਣਿਆ ਉਹਦੇ ਬਾਰੇ 'ਚ ਕੀ ਕਹੋਗੇ? ਮੈਂ ਤਾਂ ਬਾਬਰ ਸਾਹਿਬ ਤੁਹਾਨੂੰ ਇਹ ਕਹਾਂਗਾ, ਮੈਂ ਉਹਨਾਂ ਦੇ ਨਾਲ ਦੋ ਕੀਤੇ ਨੇ ਅਤੇ ਬੜੇ ਅੱਛੇ ਕੀਤੇ ਨੇ। ਉਹ ਇੱਕ ਪੈਸੇ ਵੀ ਉਹਨਾਂ ਮੈਨੂੰ ਬੜੇ ਅੱਛੇ ਦਿੱਤੇ ਨੇ, ਅਤੇ ਉਹ ਬੜਾ ਅੱਛਾ ਬੱਚਾ ਹੈ ਔਰ ਬੜਾ ਮਾਸੂਮ ਆਦਮੀ ਹੈ। ਮੈਂ ਨਹੀਂ ਕਹਿੰਦਾ ਕਿ ਉਹਦੇ ਨਾਲ ਕੋਈ ਇਹੋ ਜਿਹੀ ਹੋਈ ਹੈ, ਕੋਈ ਐਸੀ ਗੱਲ ਹੋਈ ਹੋਣੀ ਹੈ, ਕੋਈ ਮੂੰਹ ਕੋਲ ਨਿਕਲੇ, ਅੱਲਾ ਪਾਕ ਉਹਦੀ ਉਹ ਗਲਤੀ ਕਤਾਈ ਮਾਫ਼ ਕਰੇ, ਅਤੇ ਅੱਲਾ ਪਾਕ ਜਿਨ੍ਹਾਂ ਦੇ ਨਾਲ ਉਹਨੇ ਕੀਤੀ ਹੈ ਜਿਹਨਾਂ ਹੋਈ, ਅੱਲਾ ਉਹਨਾਂ ਨੂੰ ਵੀ ਆਪਣੀ ਰਹਿਮਤ ਦੇ ਸਾਏ ਥੱਲੇ ਉਹਨਾਂ ਨੂੰ ਮਾਫ਼ ਕਰ ਦੇ। ਇਹੋ ਜਿਹੇ ਬੰਦੇ ਨੂੰ ਮਾਫ਼ ਕਰਦੇ, ਉਹ ਫਨਕਾਰ ਆਦਮੀ, ਮਾਸੂਮ ਆਦਮੀ। ਮੇਰੀ ਤਾਂ ਇਹੀ ਦੁਆ ਹੈ ਕਿ ਅੱਲਾ ਤਾਲਾ ਉਹਨੂੰ ਆਪਣੀ ਪਨਾਹ 'ਚ ਰੱਖੇ, ਉਹਨੂੰ ਜਿਹਦੇ ਨਾਲ ਕੋਈ ਵੀ ਉਹਨਾਂ ਨੇ ਕੀਤਾ, ਜੇ ਉਹਨਾਂ ਦਾ ਦਿਲ ਦੁਖਿਆ ਤਾਂ ਅਸੀਂ ਉਹਦੀ ਜਗ੍ਹਾ 'ਤੇ ਮਾਫ਼ੀ ਮੰਗਦੇ ਹਾਂ। ਉਹ ਫਨਕਾਰ ਆਦਮੀ, ਫਨਕਾਰ ਆਦਮੀ ਜਿਹੜਾ ਨਾ, ਫਨਕਾਰ ਅਤੇ ਪੈਲਟ ਬੜੀ ਮੁੱਤਾਬਾਦ ਬਣਦਾ ਹੈ। ਖੁਦਾ ਦਾ ਵਾਸਤਾ ਜੇ ਉਸ ਅੱਲਾ ਨੂੰ ਮੰਨਣ ਵਾਲਿਓ, ਖੁਦਾ ਦੇ ਵਾਸਤੇ ਉਹਨੂੰ ਛੱਡ ਦਿਓ, ਅੱਲਾ ਪਾਕ ਤੁਹਾਡੇ 'ਤੇ ਬੜਾ ਰਾਜ਼ੀ ਹੋਏਗਾ, ਬੜਾ ਰਾਜ਼ੀ ਹੋਏਗਾ। ਨਾਜ਼ਰੀਨ, ਅੱਜ ਅਸੀਂ ਜਿਸ ਤਰ੍ਹਾਂ ਕਿ ਮੈਂ ਖਾਨ ਅਲੀ ਦਾ ਵੀ ਇੰਟਰਵਿਊ ਕਰਕੇ ਥਾਣਾ ਕੱਖੜ ਪੁਲਿਸ ਸਟੇਸ਼ਨ ਜਿਹੜਾ ਹੈ ਗੁਜਰਾਂਵਾਲਾ ਮੈਂ ਕਰਕੇ ਆਇਆ, ਔਰ ਉਸ ਇੱਥੇ ਬਹੁਤ ਸਾਰੇ ਆਰਟਿਸਟਾਂ ਨਾਲ ਖਾਨ ਅਲੀ ਨੇ ਕੰਮ ਕੀਤਾ, ਲੇਕਿਨ ਖੈਰ ਇਨਸਾਨ ਜ਼ਿੰਦਗੀ ਦੀ ਕੋਈ ਐਸੀ ਭੁੱਲ ਹੋ ਜਾਂਦੀ ਹੈ, ਔਰ ਮੈਂ ਕਹਾਂਗਾ ਕਿ ਇਨਸਾਨ ਨੂੰ ਜ਼ਿੰਦਗੀ ਦੀ ਹਰ ਗਲਤੀ ਜਿਹੜੀ ਹੈ ਉਦੋਂ ਤੂੰ ਕੁਛ ਨਾ ਕੁਛ ਸਿੱਖਣਾ ਚਾਹੀਦਾ। ਸੋ ਖਾਨ ਅਲੀ ਦੀ ਜ਼ਿੰਦਗੀ 'ਚ ਜਿਹੜਾ ਜੈਂਪ ਆਇਆ, ਯਕੀਨਨ ਖਾਨ ਅਲੀ ਨੇ ਵੀ ਇਹਦੇ ਤੋਂ ਕੁਛ ਸਿੱਖਿਆ ਹੋਏਗਾ, ਔਰ ਆਇੰਦਾ ਜਿਹੜਾ ਉਹ ਖਾਨ ਅਲੀ ਬਿਹਤਰੀਨ ਤਰੀਕੇ ਨਾਲ ਅਸੀਂ ਉਮੀਦ ਕਰਨੇ ਹਾਂ ਕਿ ਅੱਲਾ ਕਰੇ ਉਹਦੇ ਜਿਹੜੇ ਮਾਮਲਾਤ ਨੇ ਉਹ ਮੁਕੰਮਲ ਕਾਨੂੰਨੀ ਚਾਰਾਜੋਈ ਤੋਂ ਬਾਅਦ ਜਿਹੜੇ ਨੇ ਇਹ ਖਤਮ ਹੋ ਜਾਣ, ਔਰ ਬਾਹਮੀ ਤਰੀਕਾ ਜਿਹੜਾ ਅਗਰ ਗਲਤੀ ਹੋ ਗਈ ਹੈ ਤਾਂ ਬਜ਼ਾਤੇ ਖੁਦ ਵੀ ਖਾਨ ਅਲੀ ਜਿਹੜਾ ਉਹ ਮਾਫ਼ੀ ਦਾ ਤਲਬਗਾਰ ਹੈ, ਅਤੇ ਸੋ ਇਹ ਵੇ ਕਿ ਉਹਦੀ ਮਾਫ਼ੀ ਹੋਣੀ ਚਾਹੀਦੀ ਹੈ, ਅਤੇ ਅੱਲਾ ਵੀ ਮਾਫ਼ ਕਰਦੇ ਨਾਲ ਹੈ। ਅਸੀਂ ਤਾਂ ਇਸ ਹਵਾਲੇ ਨਾਲ ਗੱਲ ਕਰ ਰਹੇ ਹਾਂ, ਅਤੇ ਅਗਰ ਕਿਸੇ ਦੀ ਦਿਲ ਆਜ਼ਾਰੀ ਹੋਈ ਹੈ ਤਾਂ ਅੱਲਾ ਦੇ ਵਾਸਤੇ ਉਹ ਮਾਫ਼ ਕਰ ਦੇਣਾ ਚਾਹੀਦਾ। ਫਨਕਾਰ ਜਿਹੜਾ
ਔਰ ਅਸੀਂ ਇਹ ਵੀ ਕਹਾਂਗੇ ਕਿ ਖਾਨ ਅਲੀ ਸਾਹਿਬ ਨੂੰ ਇੱਕ ਹੱਦਬੰਦੀ ਦੇ ਅੰਦਰ ਰਹਿ ਕੇ ਜਿਹਦੇ 'ਚ ਕਿਸੇ ਦੀ ਦਿਲ ਆਜ਼ਾਰੀ ਨਾ ਹੋਵੇ, ਉਹ ਐਸਾ ਕੰਮ ਜਿਹੜਾ ਉਹ ਮੁਸਲਸਲ ਕਰਦੇ ਰਹਿਣ, ਕੋਈ ਗੱਲ ਨਹੀਂ, ਸਾਰੀ ਦੁਨੀਆ ਕੰਮ ਕਰ ਰਹੀ ਹੈ ਉਹ ਵੀ ਕਰਨ। ਅਤੇ ਕੀ ਭਾਅ ਜੀ ਪੈਗਾਮ ਦਿਓਗੇ ਸਾਡੇ ਵੇਖਣ ਵਾਲਿਆਂ ਨੂੰ? ਮੈਂ ਤਾਂ ਵੇਖਣ ਵਾਲਿਆਂ ਨੂੰ ਇਹ ਕਹਾਂਗਾ ਕਿ ਸਾਡੀ ਜਿਹੜੀ ਆਵਾਮ ਹੈ ਨਾ, ਇਹ ਬੜੀ ਪਿਆਰੀ ਹੈ, ਬੜੀ ਭੋਲੀ ਹੈ, ਇਹ ਬੜਾ ਪਿਆਰ ਫਨਕਾਰਾਂ ਨੂੰ ਕਰਦੇ ਨੇ। ਅਤੇ ਅੱਜ ਵੇਖੋ ਅਸੀਂ ਸਾਰੇ ਫਨਕਾਰ ਰੋੜਾਂ 'ਤੇ ਬੈਠੇ ਹਾਂ, ਅਤੇ ਅਸੀਂ ਆਹਨੇ ਤੁਸੀਂ ਵੀ ਦੁਆ ਕਰੋ ਅਤੇ ਅਸੀਂ ਵੀ ਦੁਆ ਕਰੋ ਕਿ ਅੱਲਾਹ ਪਾਕ ਇਸ ਇੰਤਜ਼ਾਮੀਆਂ ਨੂੰ ਤੰਦਰੁਸਤੀ ਸੇਧ ਦੇਵੇ, ਅਤੇ ਅੱਲਾਹ ਇਹਨਾਂ ਦੇ ਦਿਲੇ ਸਾਡੇ ਲਈ ਦਰਦ ਪਾਵੇ, ਕਿਤੇ ਸਾਡੀ ਰੋਜ਼ੀ ਖੋਲ੍ਹ ਦੇ। ਰੋਜ਼ੀ ਤਾਂ ਅੱਲਾਹ ਨੇ ਖੋਲ੍ਹਣੀ ਹੈ, ਅੱਲਾਹ ਇਹਨਾਂ ਨੂੰ ਵਸੀਲਾ ਬਣਾ ਦੇਵੇ, ਇਹ ਇਹੋ ਜਿਹੇ ਸਾਡੇ ਵਸੀਲਾ ਬਣਨ ਕਿ ਸਾਡਾ ਰਿਜ਼ਕ ਖੋਲ੍ਹ ਦੇਣ। ਅਤੇ ਸਾਰੇ ਭਰਾਵਾਂ ਨੂੰ ਵੀ ਦੁਆ ਕਰਨੀ ਚਾਹੀਦੀ ਹੈ, ਐਸੇ ਫਨਕਾਰ ਨੇ ਜਿਨ੍ਹਾਂ ਦੇ ਚੁੱਲ੍ਹੇ ਵੀ ਬੰਦ ਨੇ, ਐਸੇ ਫਨਕਾਰ ਨੇ ਜਿਨ੍ਹਾਂ ਇੱਥੋਂ ਕਮਾ ਕੇ ਰੋਟੀ ਖਾਣੀ ਹੈ, ਐਸੇ ਫਨਕਾਰ ਨੇ ਜਿਹੜੇ ਕੁਝ ਕਰ ਹੀ ਨਹੀਂ ਸਕਦੇ। ਖੁਦਾ ਦਾ ਵਾਸਤਾ, ਜਿਹਨੂੰ ਖੋਲ੍ਹ ਦਿਓ ਇਹਦਾ ਅੱਲਾਹ ਤੁਹਾਨੂੰ ਬੜਾ ਅਜਰ ਦੇਵੇਗਾ, ਬੜਾ ਅਜਰ ਦੇਵੇਗਾ। ਇੰਤਜ਼ਾਮੀਆ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।